बड़ा अच्छी। अच्छा की कर लो ये? मैं और मेरे मम्मा और पापा ते भरा सुते सी ते उत्ते चूहा आया। पहले एक इट ना गैस उत्ते डिग गई, फिर मम्मा कहंदे कि पापा नू कि उठ जो परे कर दो गैस गूस। फिर जकदम ही डिग गया सारिया ते मैं मेरे मम्मा ने ते मैं मेरे मम्मा ने मैनू उठाया। मैं उठी फिर मैं अपने गवांडियां घर जाके उन्होंने बुला के लियाई ते ना फिर ना मैं अपनी भूई घर भी गई ते भूई ने उन्होंने भेजिया भरा नू ते ना मुड़के पा दे उत्ते भी सारी मिट्टी मुट्टी पापा दे उत्ते भी मिट्टी डिगी दी ही ते है ना भरा एडमिट हॉस्पिटल च ते चार। अच्छा तो फिर की चंद्रकांत है जी। मैं मेरे भी इत्थे पेके ने, मैं इत्थे रह रही हां। मेरा ब्रदर है, छोटा भरा है मेरा, सारिया नालों छोटा है। दिहाड़ी डप्पा करदा सी मजदूरियां। ਮੈਨੂੰ ਪਤਾ ਲੱਗਾ ਮੇਰੀ ਭਤੀਜੀ ਸਾਡਾ ਜਾ ਕੇ 2 ਵਜੇ ਗੇਟ ਖੜਕਾਇਆ। ਮੈਂ ਬੱਚਿਆਂ ਮੇਰਿਆਂ ਨੇ ਬੇਟੇ ਨੇ ਖੋਲਿਆ, ਛੋਟੇ ਨੇ ਫਿਰ ਵੱਡੇ ਨੂੰ ਆਵਾਜ਼ ਦਿੱਤੀ ਕਹਿੰਦੀ ਛੱਤ ਡਿੱਗ ਪਈ ਹੈ ਪਾਪਾ ਉੱਤੇ ਅਤੇ ਮੇਰੇ ਬ੍ਰਦਰ ਉੱਤੇ, ਕੋਈ ਦੌੜ ਕੇ ਆਓ, ਮੰਮਾ ਵੀ ਥੱਲੇ ਹੀ ਹੈ। ਅਤੇ ਇਹ ਦੌੜੇ ਆਏ ਨੇ, ਇਹਨਾਂ ਨੇ ਲੋਕਾਂ ਨੂੰ ਮੈਂ ਇਕੱਠਿਆ ਕੁੱਠਿਆ ਇੱਥੇ ਕੀਤਾ। ਉਹਨਾਂ ਨੇ ਆ ਕੇ ਅਤੇ ਕਈਆਂ ਨਾਲ ਮਲਬੇ ਬੱਚਿਆਂ ਮੇਰਿਆਂ ਨੇ ਢਾਏ ਆ, ਉਹਨਾਂ ਨੂੰ ਥੱਲਿਓਂ ਕੱਢਿਆ। ਇੱਕ ਦੀ ਹੋਈ, ਮੇਰੇ ਬ੍ਰਦਰ ਦੀ ਡੈਥ ਹੋ ਗਈ ਹੈ ਅਤੇ ਬੇਟਾ ਉਹਨਾਂ ਦਾ ਅੰਮ੍ਰਿਤਸਰ ਐਡਮਿਟ ਹੈ ਜੀ, ਗਣੇਸ਼ ਹੋਸਪਿਟਲ। ਕੀ ਨਾਮ ਬੇਟੇ ਦਾ? ਜਤਿਨ ਸੈਵੀ, ਵੈਸੇ ਜਤਿਨ ਵੀ ਹੈ ਅਤੇ ਸੈਵੀ ਵੀ। ਅਤੇ ਬ੍ਰਦਰ ਦਾ ਕੀ ਨਾਮ? ਉਹਦਾ ਨਾਂ ਡਿੰਪਲ ਹੈ ਸਿੱਧਾ, ਅਤੇ ਕੱਚਾ ਨਾਂ ਉਹਨੂੰ ਲਾਡਾ ਸਾਰੇ ਕਹਿੰਦੇ ਆ। ਅਤੇ ਜਿਹੜੇ ਉਹਨਾਂ ਦੇ ਵਾਈਫ ਨੇ ਉਹਨਾਂ ਦਾ ਕੀ ਨਾਮ? ਸੁਨੀਤਾ, ਸੁਨੀਤਾ ਉਹ ਬੇਟੇ ਕੋਲ ਹੀ ਹੈ ਇਸ ਟਾਈਮ 'ਤੇ ਅੰਮ੍ਰਿਤਸਰ। ਹਾਂਜੀ, ਉਹ ਕਹਿੰਦੀ ਲੱਤਾਂ ਮੇਰੀਆਂ ਤਾਂ ਲੱਗੀਆਂ, ਪਰ ਅਸੀਂ ਨਾਲ ਬੇਟੇ ਦੇ ਨਾਲ ਭੇਜਦਾ ਉਹਨੂੰ, ਰੋਂਦੀ ਬੜਾ ਸੀ ਪਈ। ਅਤੇ ਮੇਰੇ ਬੇਟਿਆਂ ਨੇ ਜਾ ਕੇ ਮਾਮੇ ਆਪਣੇ ਨੂੰ ਐਡਮਿਟ ਕਰਾਇਆ। ਪਹਿਲਾਂ ਬੇਟੇ ਨੂੰ ਐਡਮਿਟ ਕਰਾ ਕੇ ਆਏ ਸੀ ਇਹ ਸਿਵਲ ਹੋਸਪਿਟਲ, ਉਹਨਾਂ ਕਿ ਅੰਮ੍ਰਿਤਸਰ ਰਹਿ ਜਾਓ। ਵੱਡਾ ਮੇਰਾ ਬੇਟਾ ਅੰਮ੍ਰਿਤਸਰ ਲੈ ਕੇ ਚਲਾ ਗਿਆ ਐਂਬੂਲੈਂਸ 'ਚ, ਛੋਟਾ ਮੇਰਾ ਬੇਟਾ ਫਿਰ ਮਾਮੇ ਆਪਣੇ ਨੂੰ ਲੈ ਕੇ ਗਿਆ, ਉੱਥੇ ਐਡਮਿਟ ਕਰਾ ਕੇ ਆਇਆ। ਉਹਨਾਂ ਨੇ ਆਖਿਆ ਡੈੱਡ ਹੋ ਗਿਆ, ਅਤੇ ਬੇਟਾ ਘਰ ਆ ਕੇ ਸਾਨੂੰ ਦੱਸਿਆ ਜੀ ਉੱਥੇ ਹੀ ਇਹ ਕਹਿੰਦੇ ਉਹ ਕਿ ਪੁਲਿਸ ਵਾਲੇ ਕਹਿੰਦੇ ਸੀ ਅਸੀਂ ਕਾਰਵਾਈ ਕਰਨੀ ਹੈ। ਹਾਂਜੀ, ਉਸ ਤੋਂ ਬਾਅਦ। ਹਾਂਜੀ, ਕੀ ਨਾਮ ਤੁਹਾਡਾ? ਮੇਰਾ ਨਾਂ ਰਾਮ ਲਾਲ ਜੀ। ਕੀ ਕਰਨਾ ਜੀ ਇੱਥੇ? ਮੇਰੀ ਭਤੀਜੀ ਆਈ ਰਾਤੀ, ਉੱਧਰ ਗਈ ਮੇਰੇ ਭਨੇਵਿਆਂ ਵੱਲ, ਫਿਰ ਸਾਡਾ ਗੇਟ ਖੜਕਾਇਆ, ਅਸੀਂ ਉੱਠੇ ਆਏ ਕਹਿੰਦੇ ਮਲਬਾ ਡਿੱਗ ਪਿਆ ਉੱਤੇ, ਸੱਤ ਡਿੱਗ ਪਈ ਹੈ ਸਾਡੇ 'ਤੇ। ਅਸੀਂ ਦਬ ਦਬ ਆਏ ਇਹਨਾਂ ਨੂੰ ਬਾਹਰ ਕੱਢਿਆ। ਸੱਤ ਬਾਲਿਆਂ ਦੀ ਸੱਤ ਸੀ, ਅਤੇ ਥੱਲੇ ਸਟੀਰ ਡਿੱਗ ਪਿਆ ਇਹਨਾਂ 'ਤੇ, ਸਾਰਾ ਮਲਬਾ ਡਿੱਗ ਪਿਆ। ਫਿਰ ਇਹਨਾਂ ਨੂੰ ਆਪਾਂ ਕੱਢਿਆ ਬਾਹਰ, ਅਤੇ ਭਤੀਜਾ ਮੇਰਾ ਉਹਨੂੰ ਅੰਮ੍ਰਿਤਸਰ ਭੇਜ ਦਿੱਤਾ ਦਾਖਲ ਕਰਾ ਦਿੱਤਾ। ਇਹ ਜ਼ਖਮੀ 3 ਜਣੇ, ਡੈਥ ਛੋਟੇ ਭਰਾ ਮੇਰੇ ਦੀ ਹੋ ਗਈ ਹੈ। ਜ਼ਖਮੀ 2 ਜਣੇ, ਬੇਟੀ ਠੀਕ ਹੈ, 2 ਜਣੇ ਜ਼ਖਮੀ ਹੋ ਗਏ ਨੇ। ਜ਼ਖਮੀ 2 ਹੀ ਹੋਏ ਨਾ, ਡੈਥ ਹੋ ਗਈ, ਤੀਜਾ ਬੱਚਾ ਬਚਿਆ।